ਕਿੰਨੀਆਂ ਤਰ੍ਹਾਂ? ਦੋ ਧਰ ਦੇ। ਰੋਟੀ ਆਖਿਆ ਸੀ। ਹੈਲੋ ਜੀ, ਤੈਨੂੰ ਬੀਵੀ ਮੈਨੇ ਕਬਜ਼ੇ ਚ ਹੈ, ਸਬੂਤ ਦੇ ਤੌਰ ਤੇ ਦੋ ਉਂਗਲੀਆਂ ਭੇਜ ਰਿਹਾ। ਲੱਤ ਬਜ ਗਈ, ਡਾਕਟਰ ਕੋਲ ਤੁਰ ਗਿਆ। ਡਾਕਟਰ ਆਖਿਆ ਬਾਈ ਇਹਦੇ ਪਲੇਟਾਂ ਪਾਓ, ਕਹਿੰਦਾ ਨਾਲ ਦੋ ਚਮਚਾ ਵੀ ਪਾ ਦੇ। ਪੁੱਤਰ ਤੇਰਾ ਰਿਸ਼ਤਾ ਵੇਖਣ ਆ ਰਹੇ ਨੇ ਅੱਜ, ਤੇ ਉਹਨਾਂ ਦੇ ਅੱਗੇ ਨਾ ਵੱਡੀਆਂ ਵੱਡੀਆਂ ਛੱਡਣੀਆਂ ਨੀ। ਠੀਕ ਹੈ ਬਾਬਾ ਜੀ, ਗੱਲ ਹੀ ਕੋਈ ਨੀ। ਹਾਂਜੀ ਬਾਬਾ ਜੀ, ਕੀ ਹਾਲ ਹੈ? ਠੀਕ ਹੋ? ਕਿੱਥੇ ਤੁਹਾਡਾ ਪੁੱਤਰ ਬੁਲਾਓ? ਦਾਨੀ ਪੁੱਤਰ ਕਿੱਥੇ ਰਹਿ ਗਿਆ? ਜੀ ਬਾਬਾ ਜੀ, ਉਹ ਮੈਂ ਟ੍ਰੇਨ ਗਰਾਜ 'ਚ ਖੜੀ ਕਰ ਰਿਹਾ ਹਾਂ। ਅਸਲਾਮ ਵਾਲੇਕੁਮ ਭਾਈ। ਵਾਲੇਕੁਮ ਅਸਲਾਮ ਸਰ, ਲਾਲ ਮਿਰਚ ਦੇ ਦਿਓ। ਹਰੀ ਮਿਰਚ ਦੇ ਭਾਈ? ਲਾਲ ਮੰਗੀ ਏ ਦਿੰਦੇ। ਹਰੀ ਮਿਰਚ ਦੇ ਭਾਈ? ਲਾਲ ਮਿਰਚ ਚਾਹੀਦੀ ਏ। ਕਹਿਣ ਦਿੰਦੇ ਹਰੀ ਮਿਰਚ ਦੇ ਭਾਈ? ਲਾਲ ਮੰਗੀ ਤੇਰੇ ਮੂੰਹ, ਤੂੰ ਹਰੀ ਹਰੀ ਲਾਲ ਕਹਿ ਰਿਹਾ। ਹਰੀ ਮਿਰਚ ਦੇ ਲਾਲ ਏ, ਹਰੀ ਤਾਂ ਸਾਡੇ ਮੁੰਡੇ ਦਾ ਨਾਮ ਏ। ਜਾ ਅੰਨੀ ਦੇ ਬੱਚੇ, ਕੱਲ ਜਿਹੜਾ ਮੈਂ ਤੈਨੂੰ ਸਬਕ ਦਿੱਤਾ ਉਹ ਸੁਣਾ। ਤੈਨੂੰ ਤਮੀਜ਼ ਕੋਈ ਨੀ, ਖਲੋ ਕੇ ਸੁਣਾ। ਅਲਫ ਬੇ ਪੇ। ਔਰ ਸੁਣਾਓ। ਅੱਲਾ ਦਾ ਸ਼ੁਕਰ ਹੈ, ਤੁਸੀਂ ਸੁਣਾਓ। ਮਾਲੀ ਭਾਈ, ਵਾਲੇਕੁਮ ਅਸਲਾਮ। ਅੱਛਾ ਬਾਲੀ ਬਾਈ, ਹਾਂਜੀ, ਤੁਹਾਨੂੰ ਤੈਰਨਾ ਆਉਂਦਾ? ਨਹੀਂ ਯਾਰ, ਤੁਹਾਡੇ ਨਾਲ ਮੈਂ ਕੁੱਤਾ ਚੰਗਾ ਜਿਹੜਾ ਤੈਰ ਲੈਂਦਾ। ਵਾਹ ਵਾਹ, ਤੈਨੂੰ ਤੈਰਨਾ ਆਉਂਦਾ? ਅਲਹਮਦੁਲਿਲਾ ਜੀ, ਤੈਰ ਲੈ। ਤੇ ਤੈਨੂੰ ਤੇ ਕੁੱਤੇ ਚ ਕੀ ਫਰਕ ਰਹਿ ਗਿਆ? ਹੈਲੋ ਭਾਜਾਨ, ਯਾਰ ਯਾਰ ਪਾਣੀ ਤੇ ਲਿਆ ਦੇ ਆ। ਯਾਰ ਮੈਂ ਸੋਚ ਰਿਹਾ ਤੁਹਾਨੂੰ ਪੀਜ਼ਾ ਖਵਾਵਾਂ ਤੇ ਨਾਲ ਬਰਗਰ ਵੀ। ਓਏ ਪਾਣੀ ਆਇਆ ਮੂੰਹ ਚ? ਆਹੋ ਪੀ ਲਓ। ਟਾਈਮ ਹੀ ਨੀ ਹੁੰਦਾ ਮੇਰੇ ਕੋਲ ਰੋਟੀ ਖਾਣ ਦਾ ਵੀ ਟਾਈਮ ਨੀ। ਬੇਟਾ ਬੈਠ ਜਾ, ਬੈਠ ਜਾ ਨੀਚੇ। ਮੱਖਣ, ਉੱਥੇ ਕਿਹੜੀ ਚੀਜ਼ ਸੀ? ਵਟ ਇਜ਼ ਦਿਸ? ਅਜੀਬ ਗੱਲ ਇਹ ਤੇ ਕੀ ਹੈ? ਇਹਨਾਂ ਨੂੰ ਤੂੰ ਨਵਾਉਣਾ ਤੂੰ ਉਹਨਾਂ ਵੀ? ਜੀ ਨਵਾਉਣਾ ਤੂੰ ਉਹਨਾਂ। ਅੱਛਾ, ਹਾਂ ਕਿਹੜੇ ਨੂੰ? ਕੀ ਮਤਲਬ ਕਿਹੜੇ ਨੂੰ? ਕਾਲੇ ਨੂੰ ਕਿ ਚਿੱਟੇ ਨੂੰ? ਅੱਛਾ, ਨਹੀਂ ਕਾਲੇ ਨੂੰ, ਇਹਨੂੰ ਨਵਾਉਣਾ? ਕਾਲੇ ਨੂੰ ਨਵਾਉਣਾ ਤੇ ਚਿੱਟੇ ਨੂੰ? ਉਹਨੂੰ ਵੀ ਨਵਾਉਣਾ। ਅੱਛਾ ਜੀ, ਇਹ ਖਾਂਦੇ ਕੀ ਨੇ? ਕੌਣ? ਇਹ ਬੱਕਰੇ? ਕਿਹੜਾ ਭਾਜੀ? ਇਹ ਕਿਹੜਾ ਕੀ ਮਤਲਬ? ਕਾਲਾ ਕਿ ਚਿੱਟਾ? ਕਾਲਾ ਕੀ ਖਾਂਦਾ? ਘਾਹ ਖਾਂਦਾ। ਤੇ ਚਿੱਟਾ? ਇਹ ਵੀ ਘਾਹ ਖਾਂਦਾ। ਅੱਛਾ ਭਾਜੀ, ਇਹਨਾਂ ਨੂੰ ਬੰਨਦੇ ਕਿੱਥੇ ਜੇ? ਕਿਹਨੂੰ ਯਾਰ, ਮਤਲਬ ਇਹਨਾਂ ਨੂੰ ਕਿੱਥੇ ਬੰਨਦੇ ਜੇ? ਕਾਲੇ ਨੂੰ ਕਿ ਚਿੱਟੇ ਨੂੰ? ਯਾਰ ਚੱਲ, ਕਾਲੇ ਨੂੰ ਕਿੱਥੇ ਬੰਨਦਾ ਭਾਈ? ਇਹਨੂੰ ਕਮਰੇ 'ਚ ਬੰਨਣਾ। ਅੱਛਾ, ਤੇ ਚਿੱਟੇ ਨੂੰ? ਇਹਨੂੰ ਵੀ ਕਮਰੇ 'ਚ ਬੰਨਣਾ। ਪੁੱਤਰਾ ਦਿਮਾਗ ਠੀਕ ਹੈ ਯਾਰ? ਤੈਨੂੰ ਮੈਂ ਕਹਿਣ ਕੁਛ ਦਿਆਂ, ਤੂੰ ਕਰਨ ਕੁਛ ਦਿਆਂ, ਮਤਲਬ ਕਿ ਰੌਲਾ ਕੀ? ਤੈਨੂੰ ਮੈਂ ਪੁੱਛਣਾ ਤੂੰ ਕਾਲਾ ਚਿੱਟਾ? ਜਦੋਂ ਮੈਂ ਪੁੱਛਣਾ ਦੋਵਾਂ ਨੂੰ ਤਾਂ ਇਕੱਠਿਆਂ ਬਣਦਾ, ਤੂੰ ਇਕੱਠੇ ਦੱਸ ਦੇ। ਤੂੰ ਇਹ ਕੀ ਗੱਲ ਹੋਈ? ਇਹਨੂੰ ਇੱਥੇ ਅਸਲ ਭਾਜੀ, ਗੁੱਸਾ ਨਾ ਕਰੋ। ਨਹੀਂ ਗੁੱਸਾ ਕਿਉਂ ਨਾ ਕਰਾਂ ਯਾਰ ਮੈਂ? ਗੁੱਸਾ ਕਰਨ ਵਾਲੀ ਗੱਲ ਨਹੀਂ। ਤੈਨੂੰ ਮੈਂ ਕਹਿੰਦਾ ਯਾਰ, ਮੈਂ ਕਿਹਦਾ ਨਾ ਗੱਲ ਕਰਾਂ? ਮੇਰੀ ਗੱਲ ਸੁਣੋ, ਦਰਸਲ ਇਹ ਕਾਲਾ ਬੱਕਰਾ ਨਾ ਇਹ ਮੇਰਾ। ਅੱਛਾ, ਤੇ ਚਿੱਟਾ? ਇਹ ਵੀ ਮੇਰਾ। ਭਾਈ ਜੀ, ਉਹ ਵਾਸ਼ਰੂਮ 'ਚ ਕੀ ਬਣਾਇਆ ਜੀ? ਉਹ ਗੋਲ ਜਿਹਾ। ਹਾਂਜੀ, ਉਹ ਵਾਸ਼ਰੂਮ ਜਿਹੜਾ ਗੋਲ ਜਿਹਾ ਬਣਿਆ ਚਿੱਟਾ ਜਿਹਾ, ਕਮੋਟ, ਉਹਦੇ 'ਚ ਕੀ ਕਰਦੇ? ਦੱਸੋ ਤਾਂ ਸਹੀ, ਮੈਂ ਉਹਦੇ ਚੀਨੀ ਪੱਤੀ ਪਾਇਆ ਯਾਰ। ਇਹਨੇ ਨਾ ਜੱਜ ਦੇ ਕੋਲੋਂ ਕੁੱਟ ਖਾ ਲਈ। ਜੱਜ ਨੇ ਇਹਨੂੰ ਕਿਹਾ, ਤੁਮੇ ਸ਼ਰਮ ਨਹੀਂ ਆਤੀ, ਤੁਮ ਤੀਸਰੀ ਵਾਰ ਅਦਾਲਤ ਮੇਂ ਆ ਚੁੱਕੇ ਹੋ। ਤੇ ਅਗੋ ਜੱਜ ਨੂੰ ਕਹੀ ਜਾਂਦੇ ਆ, ਜੱਜ ਸਾਹਿਬ ਆਪ ਤੋਂ ਰੋਜ਼ ਆਤੇ, ਆਪਕੋ ਤਾਂ ਡੂਬ ਮਰਨਾ ਚਾਹੀਏ। ਉਸਤਾਦ ਜੀ, ਇੱਕ ਕੱਪ ਹੋਰ ਦੇ ਆਏ। ਪਹਿਲੇ ਤਾਂ ਕੋਈ ਨੀ ਸੀ, ਜਦੋਂ ਦੇਖ ਖੁੱਲੀ ਰਾਸ਼ ਤੇ ਉਦੋਂ ਪਿਆ।
और भाई चाइना से कब आया? सुबह ही आया यार। बाली भाई। हाँ जी। जानू जंजुआ। अच्छा जानू जंजुआ। अच्छा बिस्मिल्ला। ये कितो आए ने? माशाल्लाह भी बड़े जहीन ने ना। लांदी ज्यानो तो सलाम है। कुकड़ियां गरम पानी पवाया पे मैं के पे करे ना कहना चुप कर उबले पे अंडे देसी। उफ असाई जी ए के लगे हो यार छोड़ पना अद्दा सुदा सही के लगे हो यार घर वाले जना तू रोटी मंगी है तो जना तू केड़ा पहाड़ डेनो आज मैं पहाड़ डाक तक बहु बहु ओ भाई ये क्या कर रहा है यार वॉइस पासवर्ड लगाने लगा था कुत्ता भौंकते चला गया अब ना कुत्ता मिल रहा है ना पासवर्ड खुल रहा है मुंबई पे राज करता हूँ मैं मुंबई पे अरे अपने जिगर पे बनाऊ मैं किसी मिनिस्टर ने नहीं बनाया मेरे को अरे तेरे पुलिस स्टेशन जाता हूँ ना तो सलाम ठोकते तेरे सब लोग खड़े होके ए समझाना इसको यार तू ओदा 500 दे गल खत्म कर बाबा जी कुछ साडे बारे च कुछ दसो बेटा अपने बारे में ना पीर से पूछो ना फकीर से बस आंखें बंद करो और अपने जमीर से पूछो कुत्ता है तू कुत्ता कौन कहता है कि पठानों में दिमाग नहीं होता कौन कहता है कि वो अकल इस्तेमाल नहीं करते मैं पिशावर गया मुझे क्लेशन कोप चाहिए थी तो उधर जाकर मेरा एक पठान के साथ सौदा हुआ तो पठान ने कहा कि अगर आपने यहाँ खरीदनी है तो 40,000 रुपये की अगर आपने घर पहुँचवानी है तो 1,00,000 रुपया लगेगा मैंने कहा भाई तू ये ले 1,00,000 रुपया और मेरे घर पहुँचा दे कहता ठीक है जब आप घर पहुँच गए तो मुझे कॉल करिएगा मैं जब घर पहुंचा तो मैंने उसको कॉल की कि हाँ जी भाई मैं घर पहुंच गया हूँ कहता तो ठीक है आपकी गाड़ी के नीचे बदी हुई है उतार लें हद होती है यार भाई हद कराना यार ओ किन्नो हद कराना ओ भाई खैर ते है ओ पाने नहर नहीं है ओ तेरी मत मारी गई है ओ केड़ी लत मारी गई है ओ भाई जी ओनु ऊंचा सींदा है ओ कच्चे सामने सींदा है और भाई कहां था इतने दिनों से कुछ नहीं यार एक सुनार की दुकान खोली थी फिर जेल हो गई क्यों भाई हथौड़े से खोली थी ना भैया पैसा गिरा था सरकार जी एक बार बोला मुंह तो पल्ला मार के देख ले नो केड़ी गल्ला दी बाजी बाजी कॉल तक करो आ ना दसो केड़ा नंबर मिलाना ने सानू ओ दिन याद आ लोकी सानू आंदे सीगे थोड़ा कुछ नहीं बनना साला सच्चू ही नहीं बनया जनाजे का वापस आए तू ना आखे 7 बजे का क्यों की थी कहता 8 बजे ड्रामा लगना मेरे पास तो बेस्ती हो गई यार बेटे के स्कूल में मीटिंग थी टीचर अच्छी लग रही थी मेरा ध्यान टीचर पे चला गया कहती बात सुने मैंने कहा जी कहती बस इतना ही ध्यान आपको अपने बच्चे पर करना मेरी ये आज की गल सुन ला तू दुध वाली दुकान से जाके कहता यार कुत्ते ऐसे दुध दे दे दुकानदार कहता इतने पीने घर ले जाने ही शाहजेब है इदी माशाल्लाह सेहत देखना एक दर ताकत वाली गोली खा रहे तंदरू आवाज आई सर बे आपके मतलूबा जिस समय ये सहूलत मुयसर नहीं